ਜਿੱਥੇ ਨਾਮ ਦਾ ਅਰਥ ਪਰਮਾਤਮਾ ਹੈ ਉੱਥੇ ਨਾਮ ਦਾ ਅਰਥ ਪਰਮਾਤਮਾ ਦਾ ਹੁਕਮ ਵੀ ਹੈ ਜਿੱਥੇ ਨਾਮ ਦਾ ਅਰਥ ਸਿਮਰਨ ਵੀ ਹੈ ਜਾਪ ਵੀ ਹੈ ਉਸ ਦੀ ਵਡਿਆਈ ਹੈ ਅੱਜ ਦੇ ਇਸ ਪੌੜੀ ਦੇ ਵਿੱਚ ਮਹਾਰਾਜ ਕਹਿੰਦੇ ਨੇ ਜੇ बार-बार बार-बार ਨਾਮ ਜਪਿਆ ਜਾਏ ਉਸ ਦੇ ਨਾਲ ਮਨੁੱਖ ਦੇ ਸਰੀਰਿਕ ਤੇ ਮਾਨਸਿਕ ਤਲ ਤੇ ਬੜਾ ਬਦਲਾ ਆਉਂਦਾ ਹੈ ਜਿੱਥੇ ਸਰੀਰਿਕ ਰੂਪ ਦੇ ਵਿੱਚ ਮਨੁੱਖ ਦੀਆਂ ਗਿਆਨ ਤੇ ਕਰਮ ਇੰਦਰੀਆਂ ਮਾਰੇ ਬੰਨੇ ਜਾਣ ਤੋਂ ਹਟ ਜਾਂਦੀਆਂ ਨੇ ਉਸੇ ਜਿਹੜਾ ਮਨ ਹੈ ਉਹ ਸਿਰਫ਼ ਤੇ ਸਿਰਫ਼ ਪ੍ਰਮਾਤਮਾ ਦੀ ਯਾਦ ਦੇ ਵਿੱਚ ਲੱਗ ਜਾਂਦਾ ਹੈ ਉਹ ਹਮੇਸ਼ਾ ਪ੍ਰਮਾਤਮਾ ਦੀ ਯਾਦ ਦੇ ਵਿੱਚ ਜੁੜਿਆ ਰਹਿੰਦਾ ਹੈ ਵੈਸੇ ਇਹ ਜਿੰਨੀਆਂ ਵੀ ਵਿਧੀਆਂ ਅਪਣਾਈਆਂ ਜਾਂਦੀਆਂ ਨੇ ਇਹਨਾਂ ਵਿਧੀਆਂ ਨੂੰ ਅਪਣਾਉਣ ਦਾ ਬਾਰ-ਬਾਰ ਉਹਨੂੰ ਯਾਦ ਕਰਨ ਦਾ ਪ੍ਰਯੋਜਨ ਕੀ ਹੈ ਕਿਉਂ ਯਾਦ ਕਰਨਾ ਹੈ ਪਰਮਾਤਮਾ ਨੂੰ ਇੱਥੇ ਮਹਾਰਾਜ ਇਹ ਵੀ ਕਾਰਨ ਦੱਸਦੇ ਨੇ ਕਿਉਂ ਯਾਦ ਕਰਨਾ ਹੈ ਕਿਉਂਕਿ ਮਨੁੱਖ ਦੀ ਚੇਤਨਾ ਦੇ ਅੰਦਰ ਪਰਮਾਤਮਾ ਦਾ ਖੁਦ ਦਾ ਵਾਸਾ ਹੈ ਜਿਵੇਂ ਜਿਵੇਂ ਉਸ ਦੀ ਯਾਦ ਅੰਦਰ ਚੱਲੇਗੀ ਜਿਵੇਂ ਜਿਵੇਂ ਉਸ ਨੂੰ ਅਸੀਂ ਪੁਕਾਰਾਂਗੇ ਕਿਸੇ ਵੀ ਤਰੀਕੇ ਨਾਲ ਉਸ ਨੂੰ ਯਾਦ ਕਰਾਂਗੇ ਉਹ ਚੀਜ਼ ਫਿਰ ਚੇਤਨਾ ਦੇ ਵਿੱਚ ਗਹਿਰਾ ਅਸਰ ਪਾਏਗੀ ਰਮਨੁਖੀ ਚੇਤਨਾ ਦੇ ਅੰਦਰ ਜੋ ਨਾਮ ਰੂਪੀ ਅੰਮ੍ਰਿਤ ਲੁਕਿਆ ਹੋਇਆ ਹੈ ਨਾਮ ਰੂਪੀ ਅੰਮ੍ਰਿਤ ਸਾਹਮਣੇ ਪਿਆ ਹੈ ਉਸ ਨੂੰ ਇਹ ਪ੍ਰਾਪਤ ਕਰ ਸਕਦਾ ਹੈ ਹੁਣ ਪਹਿਲੇ ਤੌਰ ਤੇ ਗਲਤ ਇਹ ਸਮਝ ਆਉਣੀ ਚਾਹੀਦੀ ਹੈ ਕੀ ਮਨੁੱਖ ਉਹ ਜਿਹੜਾ ਅੰਮ੍ਰਿਤ ਲੁਕਿਆ ਹੋਇਆ ਹੈ ਉਸ ਨੂੰ ਪਾਣ ਦਾ ਚਾਹਵਾਨ ਵੀ ਹੈ ਕਿ ਨਹੀਂ ਹੈ ਕਿਉਂਕਿ ਜਿਹੜਾ ਮਨੁੱਖ ਸਿਰਫ ਸਰੀਰ ਦੇ ਤਲ ਤੇ ਜੀ ਰਿਹਾ ਹੈ ਉਸ ਮਨੁੱਖ ਨੂੰ ਗਿਆਨ ਧਿਆਨ ਅਤੇ ਗੁਰੂ ਦੀ ਜ਼ਰੂਰਤ ਨਹੀਂ ਹੁੰਦੀ ਜੇ ਉਸ ਨੂੰ ਗੁਰੂ ਦੀ ਜ਼ਰੂਰਤ ਹੈ ਵੀ ਹੈ ਸਿਰਫ ਤੇ ਸਿਰਫ ਉਹਦੀਆਂ ਸ਼ਾਰੀਰੀਕ ਲੋੜਾਂ ਪੂਰੀਆਂ ਕਰਨ ਵਾਸਤੇ ਹੈ। ਆਤਮਿਕ ਤੌਰ ਤੇ ਉਸ ਨੂੰ ਗੁਰੂ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਉਹਦੀ ਮਨ ਮੰਗ ਹੀ ਨਹੀਂ ਕਰਦਾ। ਜਿਹੜੀ ਚੀਜ਼ ਦੀ ਮਨੁੱਖ ਨੂੰ ਕੀਮਤ ਪਤਾ ਹੋਏ ਮਨੁੱਖ ਉਸ ਦਾ ਮਨ ਉਹਦਾ ਪ੍ਰਭਾਵ ਕਬੂਲਦਾ ਹੈ। ਜਰ ਜਦੋਂ ਮਨ ਉਹਦਾ ਪ੍ਰਭਾਵ ਕਬੂਲੇਗਾ ਮਨ ਉਸ ਦੀ ਫਿਰ ਮੰਗ ਵੀ ਕਰਦਾ ਜਿਸ ਦੀ ਮਨ ਮੰਗ ਕਰੇਗਾ ਉਹੀ ਚੀਜ਼ ਪਿੱਛੇ ਮਨੁੱਖ ਯਤਨ ਕਰਦਾ ਵੈਸੇ ਨਹੀਂ ਕਰੇਗਾ ਮਨੁੱਖ ਦੀ ਮੰਗ ਪਰਮਾਤਮਾ ਨਹੀਂ ਹੈ ਨਾਮ ਨਹੀਂ ਹੈ ਤਾਈਂ ਕਰਕੇ ਇਸ ਦੀ ਮੰਗ ਵੀ ਨਹੀਂ ਕਰਦਾ ਯਾਚਨਾ ਵੀ ਨਹੀਂ ਕਰਦਾ ਕਿਉਂਕਿ ਮਨ ਨੂੰ ਹਜੇ ਨਾਮ ਦੇ ਬਾਰੇ ਪਤਾ ਹੀ ਨਹੀਂ ਹੈ ਉਸ ਦੀ ਯਾਦ ਦੇ ਬਾਰੇ ਇਸ ਨੂੰ ਪਤਾ ਹੀ ਨਹੀਂ ਹੈ ਉਸ ਦੀ ਯਾਦ ਮਨੁੱਖ ਦੇਆਂ ਦੁੱਖਾਂ ਨੂੰ ਦੂਰ ਕਰ ਸਕਦੀ ਹੈ ਇਹ ਇਹਨੂੰ ਪਤਾ ਨਹੀਂ ਹੈ ਮਹਾਰਾਜ ਬਾਣੀ ਚ ਕਹਿੰਦੇ ਨੇ ਮਨੁੱਖ ਪਹਿਲਾਂ ਤੈਨੂੰ ਪ੍ਰਮਾਤਮਾ ਨੂੰ ਯਾਦ ਕਰਨਾ ਪਏਗਾ ਪਹਿਲਾਂ ਤੂੰ ਮੰਨ ਕਰਕੇ ਉਸ ਦੇ ਨਾਲ ਰਹੇਗਾ ਫਿਰ ਉਹ ਪਰਮਾਤਮਾ ਤੇਰਾ ਹੋ ਜਾਏਗਾ ਤੇ ਉਹ ਪਰਮਾਤਮਾ ਕਿਤੇ ਦੂਰ ਨਹੀਂ ਉਹਦਾ ਮਤਲਬ ਇਹ ਨਹੀਂ ਕਿਤੇ ਉਹ ਛੁਪਿਆ ਹੋਇਆ ਹੈ ਨਹੀਂ ਉਹ ਤੇ ਸਾਰੀ ਥਾਈ ਹੈ ਹਰ ਥਾਂ ਤੇ ਵਿਆਪਕ ਹੈ ਇਹਦਾ ਮਤਲਬ ਇਹ ਨਹੀਂ ਅਜੀ ਜਦੋਂ ਉਸ ਪਰਮਾਤਮਾ ਕਹਿੰਨੇ ਆ ਸਾਡੇ ਮਨ ਵਿੱਚ ਐਸੀ ਕੋਈ ਫੀਲਿੰਗ ਸ਼ਿਪ ਹੀ ਹੁੰਦੀ ਹੈ ਜਿਵੇਂ ਪ੍ਰਮਾਤਮਾ ਕੋਈ ਮਨੁੱਖ ਹੈ ਤੇ ਕਿਸੇ ਕਿਹੜੀ ਦਿਸ਼ਾ ਵਿੱਚ ਲੁਕਿਆ ਬੈਠਾ ਹੋਵੇਗਾ ਐਸਾ ਨਹੀਂ ਹੈ ਉਹ ਕਿਤੇ ਲੁਕਿਆ ਨਹੀਂ ਬੈਠਾ ਪਰ ਕਿਤੇ ਲੁੱਕ ਕੇ ਦੂਰ ਜਾ ਕੇ ਵੀ ਨਹੀਂ ਬੈਠਾ ਉਹ ਸਾਹਮਣੇ ਹੀ ਹੈ ਮਨੁੱਖ ਦੀ ਚੇਤਨਾ ਦੇ ਵਿੱਚ ਹੀ ਹੈ ਸਿਰਫ ਤੇ ਸਿਰਫ ਇਹਦੀ ਚੇਤਨਾ ਦੇ ਉੱਤੇ ਝੂਠ ਦਾ ਪਰਦਾ ਪਿਆ ਹੋਇਆ ਹੈ ਜਿਵੇਂ ਉਪਰ ਦਾ ਟੁੱਟ ਜਾਏਗਾ ਮਨ ਮਤ ਬੁੱਧ ਤੇ ਅਹੰਗ ਇਹ ਚਾਰੇ ਆਪਣੇ ਵੀ ਠੀਕ ਹੋ ਜਾਣਗੇ ਮਨ ਵੀ ਆਪਣੇ ਆਪ ਠੀਕ ਹੋ ਜਾਏਗਾ ਬੁੱਧ ਵੀ ਆਪਣੇ ਆਪ ਠੀਕ ਹੋ ਜਾਏਗੀ ਤਾਂ ਹੀ ਮਹਾਰਾਜ ਨੇ ਗੁਰਬਾਣੀ ਵਿੱਚ ਸੱਚਿਆਰ ਬਣਨ ਲਈ ਪਰਮੇਸ਼ਰ ਦਾ ਭਗਤ ਜਾਂ ਉਪਾਸ਼ਕ ਬਣਨ ਦੇ ਲਈ ਕਿਤੇ ਬਾਹਰੀ ਤੌਰ ਤੇ ਦੁਨੀਆ ਦੇ ਵਿੱਚ ਪਹਾੜਾਂ ਦੀਆਂ ਕੰਦਰਾਂ ਦੇ ਵਿੱਚ ਲੁਕਣ ਦੀ ਤਾਂ ਗੀਤ ਨਹੀਂ ਕੀਤੀ ਕਿਉਂਕਿ ਮਹਾਰਾਜ ਕਹਿੰਦੇ ਨੇ ਜਿੰਨੂੰ ਤੂੰ ਲੱਭਣਾ ਚਾਹੁੰਦਾ ਹੈ ਉਹ ਤੇ ਤੇਰੇ ਅੰਦਰ ਹੀ ਹੈ ਪਰ ਮਨੁੱਖ ਦੀ ਮੋੜਕਦਿਮੀ ਇੱਕ ਆਦਤ ਹੈ ਇਸ ਨੂੰ ਸਾਰੀਆਂ ਚੀਜ਼ਾਂ ਬਾਹਰ ਮਿਲੀਆਂ ਨੇ ਰੋਟੀ ਮਿਲੀ ਐ ਬਾਹਰੋਂ ਮਿਲੀ ਐ ਇੱਜ਼ਤ ਮਿਲਦੀ ਐ ਬਾਹਰੋਂ ਮਿਲਦੀ ਐ ਪ੍ਰਸ਼ਾਦਾ ਮਿਲਦਾ ਐ ਬਾਹਰੋਂ ਮਿਲਦਾ ਹੁਣ ਇਹ ਸਮਝ ਰਿਹਾ ਕਿ ਤੇ ਪ੍ਰਮਾਤਮਾ ਵੀ ਬਾਹਰੋਂ ਹੀ ਮਿਲੇਗਾ ਆਨੰਦ ਵੀ ਮੈਨੂੰ ਬਾਹਰੋਂ ਹੀ ਮਿਲੇਗਾ ਐਸਾ ਨਹੀਂ ਐ ਆਨੰਦ ਬਾਹਰ ਨਹੀਂ ਐ ਬਾਹਰ ਸੁਖ ਹੋ ਸਕਦੇ ਨੇ ਆਨੰਦ ਨਹੀਂ ਐ ਜਿਵੇਂ ਰਾਬੀਆ ਇੱਕ ਦਿਨ ਰਾਬੀਆ ਦੇ ਕੋਲੇ ਇੱਕ ਫਕੀਰ ਆਇਆ ਉਹ ਫਕੀਰ ਰੋਜ਼ ਜਾ ਕੇ ਮਸਜਿਦ ਦੇ ਵਿੱਚ ਪਰਮਾਤਮਾ 'ਗੇ ਅਰਦਾਸ ਕਰਨੀ ਤਲਾਵਤ ਕਰਿਆ ਕਰਦਾ ਸੀ ਪਰਮਾਤਮਾ ਦੀ ਇੱਕ ਦਿਨ ਉਹ ਅੱਗੇ ਆਇਆ ਉਹੀ ਫਕੀਰ ਰਾਬੀਆ ਨੂੰ ਕਹਿੰਦਾ ਤੂੰ ਵੀ ਪਰਮਾਤਮਾ ਨੂੰ ਯਾਦ ਕਰਿਆ ਕਰ ਕਿਤੇ ਉਹ ਤੈਨੂੰ ਮਿਲ ਪਏ ਤੂੰ ਉਸ ਪਰਮਾਤਮਾ ਦੀ ਬੰਦਗੀ ਕਰ ਕਹਿੰਦੇ ਠੀਕ ਹੈ ਇੱਕ ਦਿਨ ਰਾਬੀਆ ਮਸਜਿਦ ਦੇ ਬਾਹਰ ਝਾੜੂ ਲਗਾ ਰਹੀ ਹੈ ਫਕੀਰ ਉਹਨੂੰ ਪੁੱਛਦਾ ਤੂੰ ਇੱਥੇ ਝਾੜੂ ਕਿਉਂ ਲਗਾਉਂਦੀ ਆਂ ਉਹਨਾਂ ਮੇਰੀ ਸੁਈ ਗਵਾਚ ਗਈ ਔਰ ਸੁਈ ਲੱਭਦੀ ਆਂ ਉਹਦਾ ਸੂਈ ਤੇਰੀ ਗੋਮ ਕਿੱਥੇ ਹੋਈ ਹੈ ਕਹਿੰਦੇ ਘਰ ਦੇ ਵਿੱਚ ਉਹ ਅਚਾਨਕ ਬੋਲਿਆ ਸੂਈ ਗੋਮ ਘਰ ਦੇ ਵਿੱਚ ਹੋਈ ਹੈ ਲੱਭ ਤੂੰ ਵਰ ਨਹੀਂ ਹੈ ਮੂਰਖ ਤੇ ਨਹੀਂ ਹੋ ਗਈ ਕਿੰਦੇ ਕਹਿੰਦੇ ਹੇ ਫਕੀਰ ਇਹੀ ਤੇ ਗੱਲ ਮੈਂ ਤੈਨੂੰ ਸਮਝਾਉਣਾ ਚਾਹ ਰਹੀ ਹਾਂ ਤੂੰ ਪਰਮਾਤਮਾ ਤੋਂ ਵਿਛੜਿਆ ਅੰਦਰੋਂ ਬਾਹਰੋਂ ਨਹੀਂ ਵਿਛੜਿਆ ਬਾਰੋਂ ਕਿਵੇਂ ਵਿਛੜ ਸਕਦਾ ਹੈ ਆਪਣੇ ਮਨ ਨੂੰ ਪ੍ਰਮਾਤਮਾ ਦਾ ਮੰਦਰ ਬਣਾ ਜੇ ਤੇਰਾ ਮਨ ਹੀ ਪ੍ਰਮਾਤਮਾ ਦਾ ਮੰਦਰ ਬਣ ਗਿਆ ਤੇਰਾ ਤਨ ਆਪਣੇ ਆਪ ਸਾਧੂ ਰੂਪ ਪ੍ਰਮਾਤਮਾ ਰੂਪ ਬਣ ਜਾਏਗਾ ਫਿਰ ਤੈਨੂੰ ਬਾਹਰ ਕਿਤੇ ਤੀਰਥਾਂ ਤੇ ਨਹਾਉਣ ਦੀ ਜ਼ਰੂਰਤ ਨਹੀਂ ਆਪਣੇ ਦੇ ਮਨ ਦੇ ਅੰਦਰ ਹੀ ਤੂੰ ਰੋਜ਼ ਰੋਜ਼ ਇਸ਼ਨਾਨ ਕਰੇਗਾ ਚੰਗੇ ਚੰਗੇ ਵਿਚਾਰਾਂ ਦੇ ਨਾਲ ਉਹ ਪ੍ਰਮਾਤਮਾ ਦੇ ਅਚਰਜ ਰੂਪ ਵੇਖ ਕੇ ਅੰਦਰ ਹੀ ਇਸ਼ਨਾਨ ਕਰ ਲਏਗਾ ਬਾਹਰੋਂ ਤੈਨੂੰ ਇਸ਼ਨਾਨ ਕਰਨ ਦੀ ਜ਼ਰੂਰਤ ਨਹੀਂ ਰਹਿਣੀ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾ ਏਕ ਸ਼ਬਦ ਮੇਰਾ ਪ੍ਰਾਣ ਬਸਤ ਹੈ ਬਹੁੜ ਜਨਮ ਨ ਆਵਾ ਇਸ ਕਰਕੇ ਪ੍ਰਮਾਤਮਾ ਦੀ ਸਿਫਤ ਸਲਾਹ ਕਰ ਜਦੋਂ ਪ੍ਰਮਾਤਮਾ ਦੀ ਸਿਫਤ ਸਲਾਹ ਹੁੰਦੀ ਹੈ ਮਨੁੱਖ ਦੀ ਚੇਤਨਾ ਦੇ ਅੰਦਰ ਇੱਕ ਅੰਮ੍ਰਿਤ ਲੁਕਿਆ ਹੋਇਆ ਹੈ ਅੰਮ੍ਰਿਤ ਸ਼ਬਦ ਦਾ ਮਤਲਬ ਹੁੰਦਾ ਹੈ ਅਮਰ ਕਰ ਦੇਣ ਵਾਲਾ ਇਹਦੀ ਚੇਤਨਾ ਦੇ ਅੰਦਰ ਇੱਕ ਅੰਮ੍ਰਿਤ ਲੁਕਿਆ ਹੋਇਆ ਹੈ ਜਿਵੇਂ ਜਿਵੇਂ ਪ੍ਰਮਾਤਮਾ ਦੀ ਸਿਫਤ ਸਲਾਹ ਮਨੁੱਖ ਕਰਦਾ ਰਹੇਗਾ ਉਹ ਅੰਮ੍ਰਿਤ ਪ੍ਰਗਟ ਹੋਣਾ ਸ਼ੁਰੂ ਹੋ ਜਾਏਗਾ ਹੌਲੀ ਹੌਲੀ ਮਨੁੱਖ ਨੂੰ ਗਿਆਨ ਹੋਣਾ ਸ਼ੁਰੂ ਹੋ ਜਾਏਗਾ ਹੌਲੀ ਹੌਲੀ ਮਨੁੱਖ ਦੇ ਅੰਦਰ ਕਿਉਂਕਿ ਬਾਣੀ ਇਹ ਕਹਿੰਦੀ ਹੈ ਗਿਆਨ ਅੰਜਨ ਗੁਰ ਦੀਆ ਅਗਿਆਨ ਅંધੇਰ ਬినాਸ਼ ਜਿਵੇਂ ਜਿਵੇਂ ਮਨੁੱਖ ਉਸ ਦੀ ਯਾਦ ਵਿੱਚ ਜੁੜੇਗਾ ਉਸ ਦੇ ਜਪ ਵਿੱਚ ਮਨ ਜੁੜੇਗਾ ਮਨ ਨੂੰ ਹੌਲੀ ਹੌਲੀ ਗਿਆਨ ਹੋਣਾ ਸ਼ੁਰੂ ਹੋ ਜਾਣਾ ਹੈ ਸਮਝ ਆਉਣੀ ਸ਼ੁਰੂ ਹੋ ਜਾਣੀ ਹੈ ਜਿੰਨੀ ਜਿੰਨੀ ਸਮਝ ਗਹਿਰੀ ਹੁੰਦੀ ਜਾਏਗੀ ਉਨਾ ਹੀ ਤਕੜਾ ਵਿਰਾਗ ਇਸ ਨੂੰ ਲੱਗ ਜਾਏਗਾ ਜਿੰਨੀ ਸਮਝ ਗਰੀ ਹੋਵੇ ਬਾਣੀ ਦੇ ਵਿੱਚ ਹੀ ਮਹਾਰਾਜ ਸ਼ਬਦ ਉਚਾਰਨ ਕਰਦੇ ਨੇ ਵਿਖਿਨ ਸਿਉ ਕਾਹੇ ਰਚਿਓ ਨਿਮਖ ਨਾ ਹੋਹੇ ਉਦਾਸ ਹਜੇ ਮਨੁੱਖ ਉਦਾਸ ਨਹੀਂ ਹੈ ਦੁਨੀਆ ਤੋਂ ਜਿਹੜਾ ਦੁਨੀਆ ਤੋਂ ਹੀ ਉਦਾਸ ਨਹੀਂ ਹੈ ਵਿਸ਼ਿਆਂ ਵਿਕਾਰਾਂ ਤੋਂ ਹੀ ਉਦਾਸ ਨਹੀਂ ਹੈ ਉਹ ਪ੍ਰਮਾਤਮਾ ਨਾਲ ਨਹੀਂ ਜੁੜ ਸਕਦਾ ਜਿਹੜਾ ਹਜੇ ਰੋਟੀ ਖਾਂਦਾ ਹੈ ਤੇ ਰੋਟੀ ਖਾ ਕੇ ਨਾ ਆਨੰਦ ਆ ਗਿਆ ਜਿਸ ਦੀ ਦਿਮਾਗ ਹਜੇ ਇਹੀ ਸੋਚ ਰਿਹਾ ਹੈ ਹਜੇ ਮੇਰੇ ਕੋਲ ਪਦਾਰਥ ਘਟ ਨੇ ਆਹ ਵਾਲਾ ਪਦਾਰਥ ਮਿਲ ਜਾਏ ਤੇ ਮੈਂ ਆਨੰdit ਹੋ ਜਾਵਾਂ ਜਿਸ ਨੂੰ ਹਜੇ ਤਾਈਂ ਆਨੰਦ ਪਦਾਰਥਾਂ 'ਚੋਂ ਵਿਖ ਰਿਹਾ ਹੈ ਜਿਸ ਨੂੰ ਆਨੰਦ ਹਜੇ ਤਾਈਂ ਬਾਹਰੀ ਤੌਰ ਦੇ ਰੂਪ ਵਿੱਚੋਂ ਲੱਗ ਰਿਹਾ ਹੈ ਬਾਹਰੀ ਤੌਰ ਦੀ ਮਾਇਆ 'ਚੋਂ ਲੱਗ ਰਿਹਾ ਹੈ ਫਿਰ ਉਹ ਮਨੁੱਖ ਪਰਮਾਤਮਾ ਨਾਲ ਕਦੀ ਨਹੀਂ ਜੁੜ ਪਾਏਗਾ ਸਾਰੀ ਜ਼ਿੰਦਗੀ ਨਹੀਂ ਜੁੜ ਪਾਏਗਾ ਉਸ ਦੇ ਨਾਲ ਜੁੜਨ ਦੇ ਲਈ ਪਹਿਲਾਂ ਉਦਾਸ ਹੋਣਾ ਪੈਂਦਾ ਹੈ ਉਦਾਸ ਕਦੋਂ ਹੋਏਗਾ ਜਦੋਂ ਸਚਾਈ ਪਤਾ ਲੱਗੇਗੀ ਉਦੋਂ ਕਦੀ ਵੀ ਵੇਖ ਲੈਣਾ ਦੋ ਮਿੱਤਰ ਹੁਣ ਇਕੱਠੇ ਇੱਕ ਦੂਜੇ ਨਾਲ ਪੱਕੇ ਹੀ ਰਹਿੰਦੇ ਨੇ ਮਿੱਤਰ ਨੂੰ ਇੱਕ ਮਿੱਤਰ ਨੂੰ ਪਤਾ ਲੱਗ ਗਿਆ ਮੇਰਾ ਇਹ ਜਿਹੜਾ ਦੂਜਾ ਮਿੱਤਰ ਹੈ ਇਹ ਬੜਾ ਖਰਾਬ ਹੈ ਇਮਾਨਦਾਰ ਵੀ ਨਹੀਂ ਹੈ ਵਿਕਾਰੀ ਵੀ ਹੈ ਦੂਜਾ ਮਿੱਤਰ ਨਾਲ ਹੀ ਉਦਾਸ ਹੋ ਜਾਏਗਾ ਕਿਉਂ ਕਹਿੰਦੇ ਮੈਂ ਤੈਨੂੰ ਬੜਾ ਚੰਗਾ ਸਮਝਦਾ ਸੀ ਨਾਲ ਹੀ ਉਹ ਕਹੇਗਾ ਮੈਂ ਤੈਨੂੰ ਚੰਗਾ ਸੰਸਕਾਰੀ ਸਮਝਦਾ ਸੀ ਨਾਲ ਹੀ ਉਦਾਸ ਹੋ ਗਿਆ ਉਦਾਸ ਮਨੁੱਖ ਕਦੋਂ ਹੁੰਦਾ ਹੈ ਜਦੋਂ ਇੱਕ ਚੀਜ਼ ਦੇ ਔਗਣਾਂ ਦਾ ਪਤਾ ਲੱਗ ਜਾਏ ਉਦੋਂ ਉਦਾਸ ਹੁੰਦਾ ਜਿਵੇਂ ਇੱਕ ਬੋਤਲ ਪਈ ਹੈ ਪੈਪਸੀ ਦੀ ਲੱਗਦੀ ਪੈਪਸੀ ਦੀ ਹੈ ਕਾਲੇ ਰੰਗ ਦੀ ਹੈ ਗਰਮੀ ਦਾ ਸਮਾਂ ਫਰਿੱਜ ਚੋਂ ਕੱਢੀ ਆ ਰੱਖੀ ਹੈ ਮਨੁੱਖ ਵੇਖ ਰਿਹਾ ਇਹ ਪੈਪਸੀ ਹੈ ਦੂਰੋਂ ਵੇਖ ਕਿ ਉਹਦੇ ਅੰਦਰ ਬੜੀ ਖੁਸ਼ੀ ਆ ਨੂੰ ਪੀ ਲਵਾ ਕਿਸੇ ਨੇ ਦੱਸਿਆ ਇਹ ਪੈਪਸੀ ਨਹੀਂ ਹੈ ਇਹਦੇ ਵਿੱਚ ਤੇ ਫਰਨੇਲ ਪਾਈ ਹੋਈ ਹੈ ਕਾਲੇ ਰੰਗ ਦੀ ਜਿੰਨੀਆਂ ਇੱਛਾਵਾਂ ਨੇ ਸਾਰੀਆਂ ਇੱਛਾਵਾਂ ਉਦੋਂ ਹੀ ਮਰ ਜਾਣਗੀਆਂ ਕਿਉਂ ਕਿਉਂਕਿ ਉਸ ਨੂੰ ਅਸਲੀਅਤ ਪਤਾ ਲੱਗ ਜਾਣਾ ਨਾਲ ਹੀ ਉਦਾਸ ਹੋ ਗਿਆ ਹੁਣ ਪੀਂਦਾ ਹੈ ਉਹਨੂੰ ਕੋਈ ਧੱਕੇ ਨਾਲ ਵੀ ਪਿਉਣਾ ਚਾਹੇ ਨਹੀਂ ਪੀਏਗਾ ਧੱਕੇ ਨਾਲ ਵੀ ਉਹਦੇ ਸਾਹਮਣੇ ਕੋਈ ਰੱਖੇ ਨਹੀਂ ਪੀਏਗਾ। ਐਸੇ ਤਰੀਕੇ ਨਾਲ ਜਦੋਂ ਮਨੁੱਖ ਨੂੰ ਇਹ ਦੁਨੀਆ ਦੀ ਸੱਚਾਈ ਪਤਾ ਲੱਗ ਗਈ। ਇਸ ਦੀ ਸਮਝ ਵਿੱਚ ਆ ਗਿਆ ਇਹ ਦੁਨੀਆ ਕੀ ਹੈ। ਦੁਨੀਆ ਵਿੱਚ ਰਹਿਣਾ ਕਿਵੇਂ ਹੈ ਔਰ ਦੁਨੀਆ ਕਿੰਨੇ ਦਿਨਾਂ ਦੀ ਹੈ। ਜਦੋਂ ਇਹਨੂੰ ਇਹ ਪਤਾ ਲੱਗ ਗਿਆ ਫਿਰ ਚਾਹ ਕੇ ਵੀ ਇਹਦੇ ਨਾਲ ਨਹੀਂ ਜੁੜੇਗਾ ਚਾਹ ਕੇ ਵੀ ਜੇ ਪ੍ਰੇਮ ਬਣਾਣਾ ਵੀ ਚਾਹੇਗਾ ਤਾਂ ਵੀ ਨਹੀਂ ਬਣੇਗਾ ਹਜੇ ਮਨੁੱਖ ਮੋਜਾਂ ਵਿੱਚ ਹੈ ਪਦਾਰਥ ਖਾਂਦਾ ਹੈ ਮੋਹ ਵਿੱਚ ਫਸਿਆ ਹੋਇਆ ਹੈ ਇਹ ਜਿਹੜਾ ਮੋਹ ਹੁੰਦਾ ਨਾ ਬਾਹਰੀ ਤੌਰ ਤੇ ਮੋਹ ਹੋ ਗਿਆ ਲੋਭ ਹੋ ਗਿਆ ਤਾਂ ਹੋ ਗਿਆ ਇਹ ਇੱਕ ਚੀਜ਼ ਕਰਦੇ ਨੇ ਮਨੁੱਖ ਨਾਲ ਕੀ ਇਹਨੂੰ ਸੋਚਣ ਨਹੀਂ ਦਿੰਦੇ ਸਮਝਣ ਨਹੀਂ ਦਿੰਦੇ ਇਹਦੀ ਸਮਝਣ ਦੀ ਸ਼ਕਤੀ ਖੋ ਲੈਂਦੇ ਨੇ ਮੋਹ ਵੀ ਖੋਲ ਲੈਂਦਾ ਹੈ ਕਾਮ ਵੀ ਖੋਲ ਲੈਂਦਾ ਹੈ ਹੰਕਾਰ ਵੀ ਖੋਲ ਲੈਂਦਾ ਹੈ ਕਿਸੇ ਰੂਪ ਨੂੰ ਵੇਖ ਕੇ ਮਨੁੱਖ ਦੀ ਸੋਚਣ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ ਸਾਰਾ ਸਮਾਜਿਕ ਤੌਰ ਤੇ ਜੋ ਕੁਝ ਵੀ ਹੈ ਸਭ ਤਾਣਾ ਬਾਣਾ ਵਿਖਰ ਜਾਂਦਾ ਹੈ ਕਾਮੀ ਵੀ ਮਨੁੱਖ ਉਦੋਂ ਹੀ ਹੁੰਦਾ ਜਦੋਂ ਸੋਚਣ ਸ਼ਕਤੀ ਕਮਜ਼ੋਰ ਹੋ ਜਾਏ ਇਸ ਕਰਕੇ ਇਹ ਜਿਹੜਾ ਲੋਭ ਤੇ ਹੰਕਾਰ ਇਹ ਪ੍ਰਮਾਤਮਾ ਨੂੰ ਸੋਚਣ ਨਹੀਂ ਦਿੰਦਾ ਫਿਰ ਇਹ ਖੋਲੰਦਾ ਸੋਚਣ ਦੀ ਸ਼ਕਤੀ ਫਿਰ ਐਸਾ ਮਨੁੱਖ ਦੁਨੀਆ ਦੇ ਵਿੱਚ ਹਰੇਕ ਚੀਜ਼ ਨੂੰ ਤੇ ਆਪਣੇ ਵੱਲ ਖਿੱਚੇਗਾ ਪ੍ਰਮਾਤਮਾ ਨੂੰ ਆਪਣੇ ਵੱਲ ਨਹੀਂ ਲਏਗਾ ਕਿਉਂ ਉਹਨੂੰ ਪਤਾ ਹੀ ਨਹੀਂ ਹੈ ਚੰਗਾ ਕੀ ਹੈ ਤੇ ਮਾੜਾ ਕੀ ਹੈ ਮੈਂ ਦੂਜੇ ਸ਼ਬਦਾਂ ਵਿੱਚ ਵੀ ਕਹ ਦਿਆ ਮਨੁੱਖ ਨੂੰ ਚੰਗੇ ਦੇ ਮਾੜੇ ਦੀ ਪਛਾਣ ਭੁੱਲ ਗਈ ਹੈ ਕਿਹਦੇ ਕਰਕੇ ਹੰਕਾਰ ਕਰਕੇ ਚੰਗੇ ਤੇ ਮਾੜੇ ਦੀ ਪਛਾਣ ਖਤਮ ਹੋ ਗਈ ਹੈ ਕਿਹਦੇ ਕਰਕੇ ਲੋਭ ਕਰਕੇ ਕੰਮ ਕਰਕੇ ਜਦੋਂ ਇਹਨਾਂ ਤੋਂ ਉਦਾਸ ਹੋਏਗਾ ਹੁਣ ਮਨੁੱਖ ਨੂੰ ਕਈ ਵਾਰੀ ਪਤਾ ਵੀ ਹੁੰਦਾ ਹੈ ਇਹ ਚੀਜ਼ ਮੇਰੇ ਲਈ ਠੀਕ ਨਹੀਂ ਹੈ ਪਰ ਲੋਭ ਦਾ ਪ੍ਰਭਾਵ ਇੰਨਾ ਜ਼ਿਆਦਾ ਪੈ ਜਾਂਦਾ ਹੈ ਮਨੁੱਖ ਮੱਲੋ ਮੱਲੀ ਚਲਾ ਜਾਂਦਾ ਉਹਦੇ ਵੱਲ ਆਪਣੇ ਆਪ ਹੀ ਚਲਾ ਜਾਂਦਾ ਇਸ ਕਰਕੇ ਨਾਮ ਰੂਪੀ ਜਿਹੜਾ ਖਜ਼ਾਨਾ ਇਸ ਦੇ ਅੰਦਰ ਹੈ ਉਸ ਨੂੰ ਪ੍ਰਾਪਤ ਕਰਨ ਦੇ ਲਈ ਮਨੁੱਖ ਨੂੰ ਬਾਰ ਬਾਰ ਉਹਨੂੰ ਯਾਦ ਕਰਨਾ ਪੈਂਦਾ ਹੈ ਬਾਰ ਬਾਰ ਇੱਕਦਮ ਤੇ ਪਤਾ ਨਹੀਂ ਲੱਗੇਗਾ ਅੱਜ ਯਾਦ ਕੀਤਾ ਕੱਲ ਯਾਦ ਕੀਤਾ ਜਿਵੇਂ ਜਿਵੇਂ ਰੋਜ਼ ਰੋਜ਼ ਯਾਦ ਕਰਾਂਗੇ ਇੱਕ ਦਿਨ ਯਾਦ ਗਹਿਰੀ ਹੋਣੀ ਸ਼ੁਰੂ ਹੋ ਜਾਏਗੀ ਇੱਕ ਦਿਨ ਸਮਝ ਗਹਿਰੀ ਹੋ ਜਾਏਗੀ ਅੱਜ ਕੀਤਾ ਹੈ ਅੱਜ ਫਰਕ ਨਹੀਂ ਪਵੇਗਾ ਪਰ ਮੈਂ ਬੜੀ ਬੜੀ ਇਹ ਕਹਿੰਨਾ ਫਰਕ ਤੇ ਅੱਜ ਪੈ ਗਿਆ ਸਾਨੂੰ ਪਤਾ ਨਹੀਂ ਲੱਗੇਗਾ ਇਸ ਕਰਕੇ ਅਗਰ ਨਿਰੰਤਰ ਅਸੀਂ ਬੰਦਗੀ ਕਰਦੇ ਆਂ ਇੱਕ ਸਾਲ ਕੀਤੀ ਐ ਇੱਕ ਸਾਲ ਪਹਿਲਾਂ ਕੀਤੀ ਐ ਤੇ ਹੁਣ ਇੱਕ ਸਾਲ ਦਾ ਦੋਵਾਂ ਦਾ ਫਰਕ ਦੇਖਣਾ ਬਹੁਤ ਕੁਝ ਬਦਲ ਗਿਆ ਹੋਏਗਾ ਸੰਗਤ ਵਿੱਚ ਆ ਰਹੇ ਆਂ ਔਰ ਬਾਰ-ਬਾਰ ਬੰਦਗੀ ਵਿੱਚ ਜੁੜ ਰਹੇ ਆਂ ਬਹੁਤ ਕੁਝ ਬਦਲ ਜਾਂਦਾ ਹੈ ਜ਼ਿੰਦਗੀ ਰਾ ਬਦਲਦਾ ਹੌਲੀ-ਹੌਲੀ ਆ ਪਰ ਮਨੁੱਖ ਆਪਣੀ ਜ਼ਿੰਦਗੀ ਵਿੱਚ ਕਾਲਾ ਫੈ ਜਾਂਦਾ ਹੈ ਇਸ ਨੂੰ ਇਵੇਂ ਲੱਗਦਾ ਹਰ ਚੀਜ਼ ਮੈਨੂੰ ਫਟਾਫਟ ਮਿਲ ਜਾਏ ਹਰ ਚੀਜ਼ ਇਹ ਹਰ ਚੀਜ਼ ਦੀ ਪ੍ਰਾਪਤੀ ਕੋਦਮ ਕਰਨੀ ਜਾਂਦਾ ਪਰ ਇਹ ਜਿਹੜਾ ਨਾਮ ਰੂਪੀ ਧਨ ਹੈ ਇਹ ਤੇ ਉਹਦੀ ਬਖਸ਼ਿਸ਼ ਹੋਣੀ ਹੈ ਤੇ ਮਿਲਣਾ ਹੈ ਯਤਨ ਤੂੰ ਜਾਰੀ ਰੱਖ ਜਿਵੇਂ ਜਿਵੇਂ ਯਤਨ ਯਾਰੀ ਰੱਖੇਗਾ ਮਹਾਰਾਜ ਅੱਜ ਦੀ ਇਹਦੇ ਵਿੱਚ ਕਹਿੰਦੇ ਨੇ ਬਾਰੰਗ ਬਾਰ ਬਾਰ ਪ੍ਰਭ ਜਪੀਐ ਤੂੰ ਬਾਰ ਬਾਰ ਪਰਮਾਤਮਾ ਨੂੰ ਯਾਦ ਕਰ ਇਹ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਕੇਸੋ ਕੇਸੋ ਕੂਕੀ ਐ ਨਾ ਸੋਈ ਐ ਅਸਾਰ ਰਾਤ ਦਿਵਸ ਕੇ ਕੂਕ ਨੇ ਅਭੂ ਕੇ ਸੁਨੇ ਪੁਕਾਰ ਤੂੰ ਰੋਜ ਰੋਜ ਉਹਨੂੰ ਜਪ ਰੋਜ ਰੋਜ ਅੱਜ ਜਪਿਆ ਕੱਲ ਜਪਿਆ ਜਪਦਾ ਹੀ ਰਹੇ ਕਹਿੰਦੇ ਦਿਨ ਰਾਤ ਜਪੇਗਾ ਕਦੀ ਤੇ ਤੇਰੀ ਪੁਕਾਰ ਉਹ ਸੁਣ ਲਏਗਾ ਔਰ ਪੁਕਾਰ ਉਹਨੇ ਕਿਤੇ ਬਾਹਰੋਂ ਨਹੀਂ ਸੁਣਨੀ। ਮੈਂ ਫਿਰ ਬੇਨਤੀ ਕਰਦੇ ਆਂ। ਅੰਦਰ ਹੀ ਬੈਠਾ ਹੈ, ਅੰਦਰ ਹੀ ਪੁਕਾਰ ਸੁਣਨੀ ਆਨੇ। ਅੱਜ ਮਨ ਵਿਚਲਿਤ ਹੁੰਦਾ ਹੈ, ਕੱਲ ਵੀ ਹੋਏਗਾ। ਰੋਜ਼ ਰੋਜ਼ ਜਦੋਂ ਮਨ ਨੂੰ ਪਕੜਨਾ ਸ਼ੁਰੂ ਕਰਦੇ ਆਂ, ਜਦੋਂ ਬੰਦਗੀ ਕਰਦੇ ਆਂ, ਮਨ ਭੱਜਦਾ ਹੈ। ਹਰੇਕ ਮਨੁੱਖ ਇਹ ਕਹਿੰਦਾ ਹੈ, ਮੇਰਾ ਮਨ ਭੱਜਦਾ ਹੈ। ਐਸਾ ਨਹੀਂ ਹੈ ਮਨ ਉਦੋਂ ਹੀ ਭੱਜਦਾ ਹੈ, ਮਨ ਤੇ ਭੱਜ ਹੀ ਰਿਹਾ ਹੈ। ਉਦੋਂ ਤੇ ਰੁਕਣਾ ਸ਼ੁਰੂ ਹੁੰਦਾ ਹੈ, ਰੁਕਦਾ ਹੈ ਨਹੀਂ। ਇਹਨਾਂ ਕਹਿੰਦਾ ਮੇਰਾ ਮਨ ਭੱਜਦਾ ਹੈ ਬਾਣੀ ਪੜਨਾ ਭੱਜਦਾ ਹੈ ਮਨ ਵਿਚਲੀਤ ਹੁੰਦਾ ਨਹੀਂ ਮਨ ਨੂੰ ਕਦੇ ਵੀ ਐਸੀ ਚੀਜ਼ ਵੱਲ ਲਗਾਣਾ ਸ਼ੁਰੂ ਕਰੋਗੇ ਜਿੱਧਰ ਮਨ ਦਾ ਲੱਗਣ ਦਾ ਸੁਭਾਅ ਨਹੀਂ ਹੈ ਉਹ ਭੱਜੇਗਾ ਹਣ ਮਨ ਕੋਈ ਨਵੀਂ ਪਿਕਚਰ ਵੇਖਣ ਜਾਂਦਾ ਹੈ ਸਿਨੇਮਾ ਦੇ ਵਿੱਚ ਜਾ ਕੇ ਮਨ ਨਹੀਂ ਭੱਜਦਾ ਕਿਉਂ ਮਨ ਦਾ ਸੁਭਾਅ ਹੈ ਉਸ ਚੀਜ਼ ਨੂੰ ਵੇਖਣਾ ਜਿਸ ਚੀਜ਼ ਵੱਲ ਵੇਖਣ ਦਾ ਮਨ ਦਾ ਸੁਭਾਅ ਹੈ ਉਧਰੋਂ ਨਹੀਂ ਭਜਦਾ ਹੁੰਦਾ ਇਹ ਭਜਦਾ ਉਦੋਂ ਹੀ ਹੈ ਬਾਣੀ ਕਹਿੰਦੀ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸੇ ਇਹ ਚੰਗਿਆਈ ਕਰਨ ਵੇਲੇ ਆਲਸ ਕਰਦਾ ਬੁਰਿਆਈ ਵੱਲ ਨਹੀਂ ਕਰਦਾ ਇਹ ਜਿਵੇਂ ਪਾਣੀ ਹੁੰਦਾ ਨਾ ਜਦੋਂ ਪਹਾੜ ਦੇ ਉੱਤੇ ਚੜਾਉਣਾ ਹੋਵੇ ਪਾਣੀ ਨੂੰ ਛੱਤ ਦੇ ਉੱਤੇ ਲੈ ਜਾਣਾ ਇੱਥੇ ਟੁੱਲੂ ਪੰਪ ਲਾਉਣਾ ਪੈਂਦਾ ਪਰ ਜਦੋਂ ਲਿਆਉਣਾ ਉਦੋਂ ਵੀ ਟੁੱਲੂ ਪੰਪ ਲਾਉਣਾ ਪੈਂਦਾ ਨਹੀਂ ਐੰਕੀ ਵਿੱਚ ਪਾਣੀ ਜਾਏ ਇਹਦੇ ਲਈ ਤੇ ਟੁੱਲੂ ਪੰਪ ਲਗਾਉਣਾ ਪੈਂਦਾ ਹੈ ਇਹਦੇ ਲਈ ਤੇ ਮੋਟਰ ਲਗਾਉਣੀ ਪੈਂਦੀ ਹੈ ਪਰ ਉੱਤੋਂ ਪਾਣੀ ਥੱਲੇ ਆਏ ਇਹਦੇ ਲਈ ਕੋਈ ਮੋਟਰ ਨਹੀਂ ਹੈ ਆਪਣੇ ਆਪ ਆ ਜਾਂਦਾ ਮੰਨ ਪਰਮਾਤਮਾ ਵੱਲ ਜੁੜੇ ਇਹਦੇ ਲਈ ਤੇ ਸਾਧਨ ਕਰਨੇ ਪੈਂਦੇ ਨੇ ਪਰ ਥੱਲੇ ਨੂੰ ਆਏ ਇਹਦੇ ਲਈ ਕੋਈ ਸਾਧਨ ਨਹੀਂ ਹਨ ਆਪਣੇ ਆਪ ਆ ਜਾਂਦਾ ਇਵੇਂ ਪਹਾੜਾਂ ਤੋਂ ਪਾਣੀ ਆਪਣਿਆਂ ਵੀ ਥੱਲੇ ਜਾਉਂਦਾ ਉੱਤੇ ਲੈ ਜਣਾ ਹੋਏ ਤੇ ਪਾਣੀ ਚੜਾਉਣਾ ਪਏਗਾ ਉੱਤੇ ਲੈ ਜਣਾ ਹੋਏ ਤੇ ਯਤਨ ਕਰਨੇ ਪੈਣਗੇ ਇਵੇਂ ਮਨ ਨਿਵਾਣ ਵਾਲ ਆਪਣਿਆਂ ਵੀ ਚੱਲੀ ਜਾਂਦਾ ਪਰ ਜੇ ਮਨ ਨੂੰ ਪ੍ਰਮਾਤਮਾ ਵੱਲ ਲੈ ਜਣਾ ਹੋਏ ਫਿਰ ਔਖਾ ਹੈ ਫਿਰ ਮਨ ਕਾਬੂ ਨਹੀਂ ਆਉਂਦਾ ਆਪ ਜੀ ਬੈਠੇ ਬੰਦਗੀ ਵਿੱਚ ਹੋਵੋਗੇ ਮੂੰਹ ਚੋਂ ਵਾਹਿਗੁਰੂ ਵਾਹਿਗੁਰੂ ਚੱਲ ਰਿਹਾ ਹੋਏਗਾ ਮਨ ਕਿਤੇ ਹੋਰ ਹੀ ਵਿਕਾਰਾਂ ਵਿੱਚ ਫਸਿਆ ਹੋਏਗਾ ਦੇ ਵਿਵੇਕ ਲੈਣਾ ਧਿਆਨ ਨਾਲ ਜੇ ਕਿਸੇ ਨੂੰ ਐਸਾ ਮਹਿਸੂਸ ਹੁੰਦਾ ਹੈ ਬੈਠੇ ਹੋਮੋਂਗੇ ਬੰਦਗੀ ਵਿੱਚ ਮਨ ਕਿਤੇ ਹੋਰ ਹੀ ਚੜਿਆ ਹੋਏਗਾ ਮਨ ਕਿਤੇ ਹੋਰ ਹੀ ਭੱਜਿਆ ਹੁੰਦਾ ਫਿਰ ਅਸੀਂ ਕਹਿੰਨੇ ਆ ਮੇਰੇਆ ਮਨਾ ਜੀਬ ਵਾਹਿਗੁਰੂ ਜਪ ਰਹੀ ਐ ਤੂੰ ਕਿੰਦਰ ਜਾ ਰਿਹਾ ਤੂੰ ਇੱਥੇ ਆ ਮੇਰੇ ਇੱਕ ਮਿੰਟ ਆਏਗਾ ਫਿਰ ਪੰਜ ਜਾਏਗਾ ਹੁਣ ਉਹ ਕਿਉਂ ਨਹੀਂ ਹੁੰਦਾ ਇੱਕ ਦਿਨ ਐਸਾ ਆਏਗਾ ਜੇ ਦਿਨ ਹੀ ਮੰਨਦੇ ਆ ਕਿ ਕੂੜ ਦੀ ਜਿਹੜੀ ਦੀਵਾਰ ਹੈ ਰੋਜ਼ ਰੋ ਥੋੜੇ ਮਾਰਾਂਗੇ ਇੱਕ ਦਿਨ ਕਮਜ਼ੋਰ ਹੋ ਜਾਏਗੀ ਫਿਰ ਇੱਕਦਮ ਸੁਰਤ ਜਿਹੜੀ ਚਲਣੀ ਸ਼ੁਰੂ ਹੋ ਜਾਏਗੀ ਹੁਣ ਜਦੋਂ ਹੀ ਸੁਰਤ ਚੱਲ ਪਈ ਪਰਮਾਤਮਾ ਵੱਲ ਹੁਣ ਜੇ ਤੇ ਸੁਰਤ ਚੱਲਈ ਹੈ ਫਸੀ ਹੋਈ ਹੈ ਪਦਾਰਥਾਂ ਵੱਲ ਜਿਵੇਂ ਇਹ ਪਰਮਾਤਮਾ ਵੱਲ ਚੱਲ ਪਾਏਗੀ ਸੁਰਤ ਫਿਰ ਮਨੋਖ ਨੂੰ ਆਲਸ ਨਹੀਂ ਆਏਗਾ ਨਾਮ ਜਪਣ ਦਾ ਫਿਰ ਇਹ ਆਪਣੇ ਆਪ ਹੀ ਸਾਰਾ ਦਿਨ ਜਪੀ ਜਾਏਗਾ ਇਸ ਨੂੰ ਅੰਦਰੋਂ ਆਨੰਦ ਆ ਜਾਣ ਨਾਲ ਸ਼ੁਰੂ ਹੋ ਜਾਣਾ ਹੈ ਹਜੇ ਮਨੁੱਖ ਨੂੰ ਮਨ ਨੂੰ ਉਸ ਰਸ ਦਾ ਪਤਾ ਹੀ ਨਹੀਂ ਹੈ ਜਿਹੜੇ ਰਸ ਵੱਲ ਅਸੀਂ ਜਾਣਾ ਚਾਹੁੰਦੇ ਹਾਂ ਹਜੇ ਇਸ ਨੂੰ ਰੋਟੀ ਦੇ ਰਸ ਦਾ ਪਤਾ ਹੈ ਹਜੇ ਇਸ ਨੂੰ ਚੁਗਲੀਆਂ ਦੇ ਰਸ ਦਾ ਪਤਾ ਹੈ ਉੱਥੋਂ ਵੀ ਰਸ ਆਉਂਦਾ ਹੈ ਹਜੇ ਇਸ ਨੂੰ ਨਿੰਦਿਆ ਦੇ ਰਸ ਦਾ ਪਤਾ ਹੈ ਨਾਮ ਦੇ ਰਸ ਦਾ ਨਹੀਂ ਪਤਾ ਨਾਮ ਕੀ ਹੈ ਨਾਮਤਨ ਕੀ ਹੈ ਇਹਨੂੰ ਨਹੀਂ ਪਤਾ ਪਰ ਜਦੋਂ ਇਹਨੂੰ ਪਤਾ ਹੀ ਨਹੀਂ ਹੈ ਫਿਰ ਜਾਏਗਾ ਕਿਉਂ ਅੰਦਰ ਜਿਸ ਚੀਜ਼ ਦਾ ਮਨੁੱਖ ਨੂੰ ਪਤਾ ਹੀ ਨਹੀਂ ਆਦੀ ਮੰਗ ਕਿਉਂ ਕਰੇਗਾ ਇਸ ਕਰਕੇ ਦੁਨੀਆ ਦੇ ਵਿੱਚ ਜੇ 1 ਕਰੋੜ ਲੋਕ ਨੇ ਦੋ ਚਾਰ ਮਨੁੱਖੀ ਨਾਮ ਦੇ ਰਸ ਦੀ ਮੰਗ ਕਰਦੇ ਨੇ ਸਾਰੇ ਨਹੀਂ ਕਰਦੇ ਰੱਬ ਦੇ ਦਵਾਰ ਦਵਾਰੇ ਤੋਂ ਸਾਰੇ ਮੰਗ ਕਰਦੇ ਨੇ ਕੀ ਪਰ ਮਾਤਾ ਉਹ ਇਹਨੂੰ ਪਦਾਰਥਾਂ ਨਾਲ ਦਰਸ ਦੇ ਦੇ ਮੋਹ ਵਿੱਚ ਫਸਿਆ ਮੋਹ ਵਾਲੀ ਮੰਗਾ ਨੇ ਪਹਿਲਾਂ ਆਪਣੇ ਲਈ ਮੰਗਦਾ ਸੀ ਹੁਣ ਅੰਗੇ ਬੱਚਿਆਂ ਲਈ ਮੰਗ ਰਿਹਾ ਹੈ ਮੋਹ ਹੈ ਬੱਤਿਆਂ ਦੀ ਪੂਰੀਆਂ ਹੋ ਗਈ ਫਿਰ ਪੋਤਰਿਆਂ ਨੇ ਮੰਗਣਾ ਸ਼ੁਰੂ ਕਰ ਦੇਗਾ ਮੋਹ ਹੈ ਐਸਾ ਹੀ ਲੋਭ ਹੁੰਦਾ ਐਸਾ ਹੀ ਹੰਕਾਰ ਹੁੰਦਾ ਮਨ ਇਹਨਾਂ ਚੀਜ਼ਾਂ ਵਿੱਚ ਫਸਿਆ ਹੋਇਆ ਹੈ ਪ੍ਰਾਨੀ ਕਸ਼ੂ ਨਾ ਚੇਤਈ ਮਦ ਮਾਇਆ ਕੈ ਅੰਧ ਇਹ ਅੰਦਾ ਹੋ ਗਿਆ ਮਨ ਵਿਚਾਰ ਦੀ ਸ਼ਕਤੀ ਇਹਦੇ ਕੋਲ ਨਹੀਂ ਰਹੀ ਬਾਣੀ ਇਹ ਕਹਿੰਦੀ ਹੈ ਜਿਹੜੇ ਦੇ ਫੈਰੀ ਨੇ ਉਹਨਾਂ ਨਾਲ ਤੈਨੂੰ ਪਿਆਰ ਹੈ ਜੋ ਇਹਦੇ ਨਾਲ ਪ੍ਰਮਾਤਮਾ ਰਹਿੰਦਾ ਕੋਈ ਚੇਤੇ ਨਹੀਂ ਆਇਆ ਸੰਗ ਸਹਾਈ ਸੁਆਵੈ ਨਾ ਚੀਤ ਜੋ ਬਹਿਰਾਈ ਤਾਂ ਸਿਉ ਪ੍ਰੀਤ ਉਹਨਾਂ ਨਾਲ ਪ੍ਰੀਤ ਹੈ ਜਿਹੜੇ ਇਹਦੇ ਦੁਸ਼ਮਣ ਨੇ ਸਤ ਸੰਤੋਖ ਨਾਲ ਤੇ ਪ੍ਰੀਤ ਲੱਗੀ ਨਹੀਂ ਐ ਕਾਮ ਕਰੋਧ ਨਾਲ ਪ੍ਰੀਤ ਹੈ ਇਸ ਕਰਕੇ बार-बार ਜੋ ਮਨ ਜਪਦਾ ਹੈ ਅੱਜ ਜਪੇਗਾ ਕੱਲ ਜਪੇਗਾ ਫਿਰ ਮਨ ਤੇ ਜਿਹੜਾ ਤਨ ਹੈ ਹੌਲੀ ਹੌਲੀ ਇਹ ਨਾਮ ਰੂਪੀ ਅੰਮ੍ਰਿਤ ਪੀਣਾ ਸ਼ੁਰੂ ਕਰਨਗੇ। ਇੰਦਰੀਆਂ ਵਿਕਾਰਾਂ ਵੱਲੋਂ ਹਟਣੀਆਂ ਸ਼ੁਰੂ ਹੋਣਗੀਆਂ। ਹੁਣ ਪਹਿਲੀ ਗੱਲ ਤੇ ਇਹ ਆ ਪਹਿਲਾਂ ਮੰਗ ਤੇ ਪੈਦਾ ਹੋਏ। ਹੁਣ ਪ੍ਰਮਾਤਮਾ ਦੀ ਜਿਹੜੀ ਦੁਨੀਆ ਹੈ ਇਹਦੇ ਵੱਲ ਤੁਰੋਂਗੇ। ਦੁਕਾਨ ਤੇ ਜਾਂਨੇ ਆ। ਕੋਈ ਵੀ ਚੀਜ਼ ਲੈ ਰਹੇ ਆ ਸਾਨੂੰ ਸਾਰਿਆਂ ਦਾ। ਜੇ ਫਰੂਟ ਖਰੀਦਨੇ ਆ ਪਤਾ ਇਹਦਾ ਕੀ ਸਵਾਦ ਆ। ਸਾਰਿਆਂ ਦੇ ਸਵਾਦਾਂ ਦਾ ਪਤਾ ਆ। ਰਿਆਨੇ ਦੀ ਦੁਕਾਨ ਤੇ ਜਾਣੇ ਉਹਦਾ ਵੀ ਪਤਾ ਜਿੰਨੀਆਂ ਦੁਕਾਨਾਂ ਨੇ ਸਾਰਿਆਂ ਦਾ ਹੀ ਰਸਤਾ ਪਤਾ ਹੈ ਪਰ ਯਾਦ ਰੱਖਣਾ ਨਾਮ ਦੇ ਰਸਤਾ ਨਹੀਂ ਪਤਾ ਹੈ ਹੁਣ ਉਹਦੇ ਵੱਲ ਚੱਲਣਾ ਪਹਿਲਾਂ ਹੈ ਰਸ ਬਾਅਦ ਵਿੱਚ ਆਏਗਾ ਚੱਲਣਾ ਪਹਿਲਾਂ ਹੈ ਦੁਨਿਆਵੀ ਤੌਰ ਤੇ ਚੀਜ਼ ਖਰੀਦ ਲੈਣੇ ਆ ਖਾਣੇ ਆ ਨਾਲੋਂ ਨਾਲ ਰਸ ਆ ਜਾਂਦਾ ਹੈ ਰੱਬ ਦੀ ਦੁਨੀਆ ਐਸੀ ਨਹੀਂ ਹੈ ਪਹਿਲਾਂ ਉੱਥੇ ਤੁਰਨਾ ਪਵੇਗਾ ਜਿਵੇਂ ਜਿਵੇਂ ਤੁਰਾਂਗੇ ਫਿਰ ਰਸ ਆਉਣਾ ਸ਼ੁਰੂ ਪਹਿਲਾਂ ਤੁਰਨਾ ਪੈਂਦਾ ਹੈ ਹੁਣ ਤੁਰੇ ਆ ਮਹੀਨਾ ਤੁਰੇ ਆ ਕੋਈ ਰਸ ਨਹੀਂ ਆਇਆ ਮਨੁੱਖ ਸੋਦਾ ਹਈ ਨਹੀਂ ਹੈ ਫਿਰ ਵੱਡੇ ਵੱਡੇ ਲੋਕ ਨਾਸਤਿਕ ਵੀ ਹੋ ਗਏ ਨੇ ਪਰਮਾਤਮਾ ਤੋਂ ਵੱਡੇ ਵੱਡੇ ਲੋਕ ਵੱਡੇ ਵੱਡੇ ਫਿਲਾਸਫਰ ਪਰਮਾਤਮਾ ਤੋਂ ਨਾਸਤਿਕ ਹੋ ਗਏ ਕਿਉਂ ਦੋ ਕਦਮ ਤੁਰੇ ਸੀ ਰਸ ਕੋਈ ਮਿਲਿਆ ਨਹੀਂ ਕਹਿੰਦੇ ਹਈ ਨਹੀਂ ਇਹ ਹੋਰ ਰਸ ਹੀ ਨਹੀਂ ਹੈ ਕਹਿੰਦੇ ਕਾਮ ਹੀ ਹੈ ਰਾਮ ਨਹੀਂ ਹੈ ਲੋਭ ਹੈ ਨਿਰੰਕਾਰ ਨਹੀਂ ਹੈ ਹੈ ਉਹ ਪਰ ਮਨੁੱਖ ਦੀ ਮਿਹਨਤ ਘਟ ਹੈ ਤੁਰਿਆ ਹੀ ਨਹੀਂ ਹੈ ਹੁਣ ਜਦੋਂ ਤਈ ਤੁਰੇਗਾ ਨਹੀਂ ਰਸ ਇਹਨੂੰ ਮਿਲੇਗਾ ਵੀ ਨਹੀਂ ਇਸ ਕਰਕੇ ਬਿਹੈਸਤਰ ਲੋਕ ਆਪਣੀ ਸਾਰੀ ਉਮਰ ਮੋਹ ਵਿੱਚ ਕੱਢ ਦਿੰਦੇ ਨੇ ਹੰਕਾਰ ਵਿੱਚ ਕੱਢ ਦਿੰਦੇ ਨੇ ਚੀਜ਼ਾਂ ਦਾ ਹੰਕਾਰ ਬੱਚਿਆਂ ਦਾ ਮੋਹ ਅੰਤ ਨੂੰ ਖਾਲੀ ਇਹ ਦੁਨੀਆ ਤੋਂ ਚਲੇ ਜਾਂਦੇ ਕੁਝ ਵੀ ਲੈ ਕੇ ਨਹੀਂ ਜਾਂਦੇ ਕਿਉਂਕਿ ਜੋ ਉਹਨਾਂ ਨੇ ਕਮਾਇਆ ਹੁੰਦਾ ਹੈ ਉਹ ਤੇ ਇੱਥੇ ਹੀ ਉਹਨਾਂ ਦਾ ਰਹਿ ਜਾਂਦਾ ਜੋ ਕਮਾਉਂਦੇ ਨੇ ਧਨ ਪਦਾਰਥ ਕਮਾਏ ਨੇ ਇੱਥੇ ਰਹਿਣ ਵਾਲੇ ਹਨ ਨਾਲ ਤੇ ਨਹੀਂ ਜਾਂਦੇ ਇਸ ਕਰਕੇ ਖਾਲੀ ਆਉਂਦੇ ਨੇ ਖਾਲੀ ਦੁਨੀਆ ਤੋਂ ਚਲੇ ਜਾਂਦੇ ਨੇ ਕੋਈ ਰਸ ਨਹੀਂ ਆਉਂਦਾ ਜ਼ਿੰਦਗੀ ਵਿੱਚ ਕੌਣ ਰੱਬ ਸੀ ਮਿਲਿਆ ਹੀ ਨਹੀਂ ਕਦੇ ਫਿਰ ਮਿਲਿਆ ਔਰ ਅੰਤ ਵਿੱਚ ਕਹਿ ਦਿੱਤਾ ਜਾਂਦਾ ਫਲਾਣਾ ਸਿੰਘ ਪੂਰਾ ਹੋ ਗਿਆ ਪੂਰਾ ਨਹੀਂ ਹੋਇਆ ਅਧੂਰਾ ਹੀ ਗਿਆ ਪੂਰਾ ਕਿਦਰ ਹੋ ਗਿਆ ਪੂਰਾ ਤੇ ਤਾਂ ਹੁੰਦਾ ਜੇ ਪਰਮਾਤਮਾ ਨੂੰ ਮਿਲ ਗਿਆ ਹੋਏ ਪੂਰਾ ਨਹੀਂ ਹੁੰਦਾ ਅਧੂਰਾ ਹੀ ਹੁੰਦਾ ਤੇ ਕਿੱਥੇ ਗਿਆ ਦੁਬਾਰਾ ਫੇਰ ਆ ਜਾਏਗਾ ਇੱਥੇ ਉਹਨੇ ਕਿੱਧਰ ਜਾਣਾ ਹੈ ਅੱਗੇ ਕਿਹੜਾ ਉਹਦੇ ਵਾਸਤੇ ਕੋਈ ਵੱਡੇ ਸਵਰਗ ਖੁੱਲੇ ਹੋਏ ਨੇ ਜਿੱਥੇ ਉਹਨੇ ਜਾਣਾ ਸਾਰੀ ਉਮਰ ਇੱਥੇ ਹੀ ਰਿਹਾ ਇੱਥੇ ਹੀ ਆਉਣ ਵਾਲਾ ਹੈ ਦੁਬਾਰਾ ਕਿਤੇ ਨਹੀਂ ਜਾਣਾ ਹੁੰਦਾ ਇਸ ਕਰਕੇ ਕਹਿੰਦੇ ਹਨ हे ਮਨੁੱਖ ਜੇ ਤੂੰ ਸਾਰੀ ਉਮਰ ਆਜਾਈਂ ਗਵਾਲੀ ਹੈ ਕੋਈ ਰੱਬ ਦਾ ਨਾਮ ਨਹੀਂ ਲਿਆ ਕੋਈ ਬੰਦਗੀ ਨਹੀਂ ਕੀਤੀ ਫਿਰ ਤੂੰ ਖੱਟਿਆ ਵੀ ਕੀ ਹੈ ਕੁਝ ਨਹੀਂ ਖੱਟਿਆ ਕਿਉਂਕਿ ਤੇਰੇ ਮਨ ਦੇ ਨਾਲ ਤੇ ਉਹੀ ਜਾਣ ਵਾਲਾ ਹੈ ਜੋ ਤੂੰ ਕਮਾਇਆ ساری ਉਮਰ ਜੇ ਮਨ ਦੇ ਵਿੱਚ ਲੋਕਾਂ ਦੀ ਆ ਈਰਖਾ ਹੈ ਲੋਕਾਂ ਦੇ ਸਾੜੇ ਹਨ ਲੋਭ ਹੈ ਕਾਮ ਹੈ ਕਮਨਾਵਾਂ ਨੇ ਇੱਛਾ ਨੇ ਫਿਰ ਇਹੀ ਤੇਰੇ ਨਾਲ ਜਾਣਗੀਆਂ ਇਹੀ ਤੈਨੂੰ ਵਾਰ-ਵਾਰ ਜਨਮ ਮਰਨ ਚ ਪਾਈ ਰੱਖਣਗੀਆਂ ਜੇ ਇਹੀ ਤੇਰੇ ਨਾਲ ਰਹਿਣਗੇ ਮਨ ਦੇ ਨਾਲ ਤੇ ਇਹੀ ਨਹੀਂ ਹੋਏਗਾ ਮਨ ਦੇ ਨਾਲ ਤਨ ਨਹੀਂ ਨਹੀਂ ਬਣਾ ਮਨ ਤੇ ਤਨ ਇਕੱਠੇ ਲੱਗਦੇ ਨਹੀਂ ਪਰ ਹੈ ਵੱਖੋ ਵੱਖਰੇ ਨੇ ਹੁਣ ਜਿਹੜੇ ਸਵਾਦ ਤੰਦੇ ਨੇ ਮਨ ਆਪਣੇ ਸਵਾਦ ਸਮਝ ਬੈਠਾ ਹੁਣ ਜੀਬ ਨੂੰ ਰਸ ਆਉਂਦਾ ਰੋਟੀ ਦਾ ਮਨ ਕਹਿੰਦਾ ਮੈਨੂੰ ਆਨੰਦ ਆਇਆ ਨਹੀਂ ਮਨ ਨੂੰ ਆਨੰਦ ਨਹੀਂ ਆਇਆ ਉਹ ਤੇ ਜੀਬ ਹੈ ਜੇ ਜੀਬ ਨਾ ਹੋਏ ਆਨੰਦ ਨਾ ਆਏਗਾ ਬਾਰੀ ਤੌਰ ਤੇ ਕਾਮੁਖ ਇੰਦਰੀਆਂ ਵਿੱਚ ਮਨੁੱਖ ਲੱਗਦਾ ਹੈ ਸਵਾਦ ਜਿਹੜਾ ਆਉਂਦਾ ਉਸ ਨੂੰ ਜਿੰਨੇ ਵੀ ਸਵਾਦ ਉਹ ਇੰਦਰੀਆਂ ਦੇ ਸਵਾਦ ਨਹੀਂ ਮਨ ਦੇ ਸਵਾਦ ਨਹੀਂ ਹਨ ਮਨ ਨੂੰ ਲੱਗਦਾ ਮੈਨੂੰ ਰਸ ਆ ਰਿਹਾ ਹੈ ਤੇ ਮਨ ਬਾਰ ਬਾਰ ਮੰਗਾ ਕਰੀ ਜਾਂਦਾ ਕਿਉਂਕਿ ਮਨ ਤਨ ਨੂੰ ਆਪਣਾ ਸਮਝ ਬੈਠਾ ਹੈ ਮਨ ਅਡਾ ਹੈ ਮਨ ਨੂੰ ਆਨੰਦ ਇਹਨਾਂ ਚੀਜ਼ਾਂ ਤੋਂ ਨਹੀਂ ਆਉਣਾ ਤਾਂ ਹੀ ਕਰਕੇ ਕੋਈ ਵੀ ਚੀਜ਼ ਅਸੀਂ ਲੈਨੇ ਆ ਸਰੀਰਿਕ ਤੌਰ ਤੇ ਮਹੀਨੇ ਬਾਅਦ ਉਹਦਾ ਰਸ ਖਤਮ ਹੋ ਜਾਂਦਾ ਨਵੇਂ ਘਰ ਵਿੱਚ ਗਏ ਆ ਇੱਕ ਮਹੀਨੇ ਬਾਅਦ ਰਸ ਖਤਮ ਹੋ ਜਾਂਦਾ ਰੋਟੀ ਆਦੀ ਖਾਦੀ ਹੈ ਸ਼ਾਮੀ ਰਸ ਖਤਮ ਨਾਲ ਨਾਲ ਇੱਕ ਜੀਵ ਵਿੱਚ ਪਾਈ ਹੈ ਨਾਲੋਂ ਨਾਲ ਹੀ ਰਸ ਖਤਮ ਇਵੇਂ ਕਹਿੰਦੇ ਹਨ ਮਹਾਰਾਜ ਦੁਨਿਆਵੀ ਤੌਰ ਤੇ ਜੋ ਵੀ ਚੀਜ਼ਾਂ ਨੇ ਉਹਦਾ ਰਸ ਨਾਲੋਂ ਨਾਲ ਹੀ ਖਤਮ ਹੋ ਜਾਣਾ ਪਰ ਬਾਣੀ ਕਹਿੰਦੀ ਨਾਮ ਦਾ ਰਸ ਐਸਾ ਹੈ ਦਿਨ ਦਿਨ ਚੜਾ ਹੈ ਸਵਾਇਆ ਨਾਨਕ ਹੋਤ ਨਾ ਘਟ ਇਹ ਦਿਨ ਦਿਨ ਵਧਦਾ ਹੀ ਜਾਣਾ ਹੈ ਰੋਜ਼ ਰੋਜ਼ ਵਧਣ ਹੀ ਵਾਲਾ ਹੈ ਪਰ ਮਨੁੱਖ ਨੂੰ ਪਹਿਲਾਂ ਚੱਲਣਾ ਪੈਂਦਾ ਬਾਹਰੰਗ ਬਾਹਰ ਪ੍ਰਭ ਜਪੀਐ ਪੀ ਅੰਮ੍ਰਿਤ ਏਹੁ ਮੰਤ ਤੰਤਰ ਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ ਜਿਨਾਂ ਨੂੰ ਇਹ ਰਤਨ ਲੱਭ ਗਿਆ ਹੈ ਜਿਨਾਂ ਨੂੰ ਇਹ ਹੀਰਾ ਲੱਭਿਆ ਅਮੋਲ ਲਾਲ ਲੱਭਿਆ ਉਹ ਮਨੁੱਖ ਨੇ ਜਿਹੜੇ ਉਹਨਾਂ ਨੂੰ ਫਿਰ ਰੱਬ ਤੋਂ ਸ외 ਦੁਨੀਆ ਵਿੱਚ ਕੁਝ ਹੋਰ ਨਹੀਂ ਵਿਖਦਾ ਸਾਰਾ ਕੁਝ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ ਹਰ ਥਾਂ ਤੇ ਅਗੇ ਕਹਿੰਦੇ ਨੇ ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਦਾ ਸੰਗ ਹੋ ਹਮੇਸ਼ਾ ਨਾਮ ਹੀ ਉਹਨਾਂ ਦਾ ਧਨ ਬਣ ਜਾਂਦਾ ਹੈ ਨਾਮ ਹੀ ਉਹਨਾਂ ਵਾਸਤੇ ਰੂਪ ਰੰਗ ਹੈ ਨਾਮ ਹੀ ਸੁੱਖ ਬਣ ਜਾਂਦਾ ਹੈ ਤੇ ਨਾਮ ਦਾ ਹੀ ਉਹ ਸੰਗ ਕਰਦਾ ਹੈ ਪਰਮਾਤਮਾ ਦੇ ਹੁਕਮ ਵਿੱਚ ਹਮੇਸ਼ਾ ਰਹਿੰਦੇ ਨੇ ਹਮੇਸ਼ਾ ਜੋ ਕੁਝ ਵੀ ਹੋ ਰਿਹਾ ਹੁੰਦਾ ਹੈ ਉਹਨੂੰ ਭਲਾ ਕਰਕੇ ਮੰਨ ਲੈਂਦੇ ਨੇ ਮਨੁੱਖ ਦੀ ਪਰੇਸ਼ਾਨੀ ਦਾ ਕਾਰਨ ਪਤਾ ਕੀ ਹੈ ਸਾਧ ਸੰਗਤ ਜੀ ਗੱਲ ਹੈ ਮਨੋਕ ਦੀ ਪਰੇਸ਼ਾਨੀ ਦਾ ਕਾਰਨ ਇਹ ਹੈ ਇਸ ਦੀਆਂ ਕੁਝ ਇੱਛਾਵਾਂ ਨੇ ਉਹ ਇੱਛਾਵਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਫਿਰ ਇਹਨੂੰ ਦੁੱਖ ਲੱਗਦਾ ਹੈ ਬਸ ਆ ਇਹਦਾ ਕਾਰਨ ਹੈ ਦੁਖੀ ਹੋਣ ਦਾ ਇੱਕੀ ਗੱਲ ਇਹ ਕਹਿੰਦਾ ਪ੍ਰਮਾਤਮਾ ਮੇਰੀ ਇੱਛਾ ਪੂਰੀ ਕਿਉਂ ਨਹੀਂ ਕਰ ਰਿਹਾ ਹੁਣ ਇਹ ਸਾਰਾ ਕਸੂਰ ਪ੍ਰਮਾਤਮਾ ਨੂੰ ਦੇ ਹੀ ਜਾਂਦਾ ਫਿਰ ਪ੍ਰਮਾਤਮਾ ਇਹ ਐਵੇਂ ਕਰ ਰਿਹਾ ਪਰ ਸਾਰਾ ਕਸੂਰ ਪ੍ਰਮਾਤਮਾ ਦਾ ਨਹੀਂ ਪ੍ਰਮਾਤਮਾ ਨੂੰ ਕਰੇਗਾ ਆਪਣੇ ਗਵੰਡੀਆਂ ਨੂੰ ਕਰ ਦਵੇਗਾ ਆਪਣੇ ਪੜੋਸੀਆਂ ਨੂੰ ਕਰੇਗਾ ਆਪਣੇ ਰਿਸ਼ਤੇਦਾਰਾਂ ਨੂੰ ਕਰੇਗਾ ਆਪਣੇ ਪਿਓ ਨੂੰ ਕਰੇਗਾ ਆਪਣੀ ਮਾਂ ਨੂੰ ਕਰੇਗਾ ਆਪਣੇ ਮਾਤਾ ਪਿਤਾ ਦਾ ਕਸੂਰ ਕੱਢ ਦੇਗਾ ਪੜੋਸੀਆਂ ਦਾ ਕੱਢੇਗਾ ਇਹ ਇਹ ਸਾਰਾ ਦਿਨ ਫਿਰ ਗੱਲਾਂ ਵੀ ਕੋਈ ਘਰ ਵਿੱਚ ਆਏਗਾ ਬੱਚਾ ਕੁਝ ਕਰ ਨਹੀਂ ਰਿਹਾ ਕਹਣਗੇ ਰਣਾ ਕੀਆ ਪੜੋਸੀਆਂ ਨੇ ਬੱਚਿਆਂ ਨੇ ਖਰਾਬ ਕਰ ਦਿੱਤਾ ਉਹਨਾਂ ਨੇ ਨਹੀਂ ਕੀਤਾ ਅਸਲ ਦੇ ਵਿੱਚ ਇਹਨੂੰ ਖਰਾਬ ਕੀਤਾ ਇਹਦੇ ਆ ਕਰਮਾਂ ਨੇ ਇਸਦੇ ਕਰਮ ਠੀਕ ਕਰੇ ਠੀਕ ਹੋ ਜਾਏਗਾ ਪਰਮਾਤਮਾ ਦੇ ਨਾਮ ਵੱਲ ਲਗਾਓ ਠੀਕ ਹੋ ਜਾਏਗਾ ਆਪਣੇ ਆਪ ਹੁਣ ਉਧਰ ਜੁੜਿਆ ਨਹੀਂ ਹੁਣ ਮਨੁੱਖ ਸੋਦਾ ਮੇਰੀ ਇੱਛਾ ਹੈ ਤੁਸੀਂ ਮੇਰੀ ਇੱਛਾ ਹੈ ਪਰਮਾਤਮਾ ਪੂਰੀ ਕਰੇ ਸਾਧ ਸੰਗਤ ਦੇ ਯਾਦ ਰੱਖਣਾ ਇੱਛਾਵਾਂ ਤੇ ਉਹ ਪੂਰੀਆਂ ਕਰੇਗਾ ਪਰ ਸਾਡੀਆਂ ਇੱਛਾਵਾਂ ਵੀ ਤੇ ਰੋਜ਼ ਰੋਜ਼ ਨਵੀਆਂ ਬਣਦੀਆਂ ਨੇ ਪਹਿਲਾਂ ਪਿਛਲੀਆਂ ਤੇ ਪੂਰੀਆਂ ਕਰੇਗਾ ਮਰੋ ਸੋ ਇੱਛਾਵਾਂ ਨੇ ਪਹਿਲੀਆਂ ਪਹਿਲੀਆਂ ਜਿਹੜੀਆਂ ਮੰਗੀਆਂ ਨੇ 50 ਪਹਿਲਾਂ ਤੇ ਉਹ ਪੂਰੀਆਂ ਹੋਣਗੀਆਂ ਫੇਰੀ ਤੇ ਇਹਨਾਂ ਦਾ ਨੰਬਰ ਆਏਗਾ ਨਾ ਹੁਣ ਜਿਹੜੀਆਂ ਅੱਜ ਤੋਂ ਸਾਲ ਪਹਿਲਾਂ ਇੱਛਾਵਾਂ ਸਨ ਅੱਜ ਉਹ ਨਹੀਂ ਰਹੀਆਂ ਮੰਗ ਤੇ ਲਈਆਂ ਨੇ ਨਾ ਫਿਰ ਉਹ ਪੂਰੀਆਂ ਤੇ ਹੋਣ ਹੀ ਵਾਲੀਆਂ ਨੇ ਜੋ ਕੁਝ ਮੰਗ ਲਿਆ ਉਹ ਪੂਰਾ ਹੋਏਗਾ ਹੀ ਹੋਏਗਾ ਜੋ ਵੀ ਮੰਗੇਗਾ ਹੁਣ ਨਹੀਂ ਹੋਏਗਾ ਅੱਗੇ ਜਨਮ ਮਿਲੇਗਾ ਫਿਰ ਹੋਏਗਾ ਹੁਣਾ ਹੈ ਅੱਜ ਬੰਦਗੀ ਕਰ ਰਹੇ ਹਾਂ ਬੰਦਗੀ ਕਰਕੇ ਜੋ ਵੀ ਮੰਗੋਗੇ ਸੇਵਾ ਕੀਤੀ ਅਰਦਾਸ ਕੀਤੀ ਹੈ ਜੋ ਵੀ ਮੰਗਦੇ ਹੋ ਉਹ ਮੰਗ ਰਹਿਣ ਵਾਲੀ ਨਹੀਂ ਹੈ ਪੂਰੀ ਹੋਏਗੀ ਉਹ ਵਕਰੀ ਗੱਲ ਹੈ ਹੁਣ ਨਹੀਂ ਹੋਏਗਾ ਅਗਰੇ ਜਨਮ ਚ ਹੋ ਜਾਏਗੀ ਹੋਣੀ ਤੇ ਹੀ ਹੈ ਦਿਨ ਦਾ ਦੇ ਲੈਂਦੇ ਤੱਕ ਪਾ ਤੂੰ ਥਕਣਾ ਹੈ ਉਹਨੇ ਨਹੀਂ ਥਕਣਾ ਥਕੇਗਾ ਕਿਵੇਂ ਸਰੀਰ ਥੱਕ ਜਾਏਗਾ ਫਿਰ ਇਹ ਖਤਮ ਹੋ ਜਾਏਗਾ ਫਿਰ ਅੱਗੇ ਮਿਲੇਗਾ ਫਿਰ ਅੱਗੇ ਦੇ ਦੇਗਾ ਉਹਨੇ ਨਹੀਂ ਥਕਣਾ ਇਹ ਜਿਹੜੀਆਂ ਇਹਦੀਆਂ ਇੱਛਾਵਾਂ ਨੇ ਇਹ ਹੀ ਇਹਨੂੰ ਦੁੱਖ ਦਿੰਦੀਆਂ ਨੇ ਉਹ ਇੱਛਾਵਾਂ ਹਰੇਕ ਮਨੁੱਖ ਦੀਆਂ ਨੇ ਔਰ ਇੱਕ ਵੀ ਨਹੀਂ ਹੈ ਹਜ਼ਾਰਾਂ ਹਜ਼ਾਰਾਂ ਇੱਛਾਵਾਂ ਨਹੀਂ ਐਵੇਂ ਮਤ ਸਮਝਣਾ ਜੋ ਪਰਮਾਤਮਾ ਤੋਂ ਹੁਣ ਮੰਗ ਰਹੇ ਆ ਬਸ ਇਹੀ ਮੰਗਣਾ ਹੈ ਪਰਮਾਤਮਾ ਤੁਸੀਂ ਕਹਿ ਦਵੋ ਅੱਜ ਨੂੰ ਇਹ ਪਰਮਾਤਮਾ ਬਸ ਆਈ ਦੇ ਦੇ ਇਹ ਤੋਂ ਬਾਅਦ ਕਦੇ ਕੁਝ ਨਹੀਂ ਮੰਗਦਾ ਜਿਵੇਂ ਮੰਗਾ ਦੇ ਵੀ ਨਾ ਮੈਂ ਭਾਵੇਂ 70 ਵਾਰੀ ਮੰਗਾ ਤੂੰ ਨਹੀਂ ਦੇਣਾ ਰੋਜ਼ ਇਹੀ ਅਰਦਾਸ ਕਰੋ ਜਿਹੜੀ ਅੱਜ ਦੀ ਹੈ ਪੂਰੀ ਕਰ ਦੇਗਾ ਅਗੋਂ ਨੂੰ ਕਹਿ ਦਵੋ ਮੈਂ ਨਹੀਂ ਮੰਗਦਾ ਨਾ ਬਸ ਅੱਜ ਬੰਦ ਕਰ ਦੇ ਅੱਜ ਤੋਂ ਬਾਅਦ ਬਸ ਇਹੀ ਪੂਰੀ ਕਰ ਦੇਵੇ ਪਰ ਨਹੀਂ ਹੋਣਾ ਐਸਾ ਅੱਜ ਜੋ ਹੈ ਕੱਲ ਨੂੰ ਫਿਰ ਮੰਗਣਾ ਜੋ ਪੂਰੀ ਹੋਏਗੀ ਨਾ ਉਹਦੇ ਨਾਲ ਘਟੋ ਘਟ 10 ਮੰਗਾ ਜੁੜੀਆਂ ਹੋਣੀਆਂ ਜੋ ਪੂਰੀ ਹੋਏਗੀ ਜੋ ਮੰਗ ਪੂਰੀ ਹੋਏਗੀ ਉਹਦੇ ਨਾਲ 10 ਮੰਗਾ ਹੋਰ ਜੁੜੀਆਂ ਹੋਣੀਆਂ ਜਿਵੇਂ ਮਨੋ ਕੋ ਨੂੰ ਘਰ ਮਿਲ ਗਿਆ ਉਹਦੇ ਨਾਲ ਕਹੇਗਾ ਪ੍ਰਮਾਤਮਾ ਘਰ ਤੇ ਮਿਲ ਗਿਆ ਹੁਣ ਇਹਦੇ ਵਿੱਚ ਆ ਚੀਜ਼ ਹੋਣੀ ਚਾਹੀਦੀ ਐ ਸੋਣੀ ਉਹ ਜੜ ਗਈ ਹੁਣ ਉਹ ਵੀ ਮਿਲ ਗਈ ਐ ਪ੍ਰਮਾਤਮਾ ਇਹਦੇ ਵਿੱਚ ਇਹ ਵੀ ਕਮੀ ਹੈ ਇਹ ਵੀ ਦੇ ਦੇ ਹੁਣ ਉਹ ਘਰ ਦੇ ਵਿੱਚ ਹੀ ਘਰ ਮਿਲਣ ਦੇ ਨਾਲ 10 ਇੱਛਾਵਾਂ ਹੋਰ ਮਿਲ ਜਾਣਗੀਆਂ ਹੁਣ 10 ਪੂਰੀਆਂ ਹੋ ਜਾਣ ਫਿਰ 20 ਪੂਰੀਆਂ ਹੋ ਜਾਣ ਇੰਨੀ ਮਨੁੱਖ ਦੀ ਜ਼ਿੰਦਗੀ ਨਹੀਂ ਹੈ ਕਿੰਨੀਆਂ ਕੁ ਪੂਰੀਆਂ ਹੋਣਗੀਆਂ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਨਹੀਂ ਹੈ ਤੂੰ ਕੰਮ ਹੀ ਨਾ ਕਰ ਸ਼ੁਰੂ ਹੋ ਕਮਾਂ ਤੇ ਆਪਣੀ ਜ਼ਿੰਦਗੀ ਵਿੱਚ ਆਪਣਾ ਕਰਮ ਕਰ ਤੇ ਕਰਮ ਧਿਆਨ ਨਾਲ ਕਰ ਕਰਮ ਵਿੱਚ ਖੋਟ ਨਾ ਲੈ ਕੇ ਆ ਫਿਰ ਉਹ ਜਿਵੇਂ ਜਿਵੇਂ ਉਹਦਾ ਨਾਮ ਜਪ ਜੋ ਜੋ ਦਈ ਜਾਂਦਾ ਉਹਨੂੰ ਸਵੀਕਾਰ ਕਰੀ ਚੱਲ ਫਿਰ ਕਦੇ ਵੀ ਜ਼ਿੰਦਗੀ 'ਚ ਪਰੇਸ਼ਾਨੀ ਆਏਗੀ ਨਹੀਂ। ਹੁਣ ਅੰਤ ਦੇ ਵਿੱਚ ਮਹਾਰਾਜ ਕਹਿੰਦੇ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਨ ਨਾਮ ਹੈ ਨਾਮ ਸਮਾਨੇ। ਜਿਹੜੇ ਮਨੁੱਖ ਨਾਮ ਦੇ ਵਿੱਚ ਸਵਾਗੇ ਨੇ ਨਾਮ ਤੋਂ ਸਵੇ ਹੋਰੋ ਕੁਝ ਮੰਗਦੇ ਹੀ ਨਹੀਂ। ਜੇ ਨਾਮ ਦਾ ਰਸ ਗਵਾਚ ਗਿਆ ਬਾਣੀ ਕਹਿੰਦੀ ਜਿਸ ਦਿਨ ਇਹ ਵਾਲਾ ਰਸ ਆ ਗਿਆ ਫਿਰ ਦੁਨੀਆ ਦਾ ਕੋਈ ਹੋਰ ਵੀ ਰਸ ਚੰਗਾ ਨਹੀਂ ਲੱਗੇਗਾ ਸਮਝ ਆ ਜਾਣੀ ਉਸਨੂੰ। ਹਜੇ ਮਨੁੱਖ ਨੂੰ ਦੁਨਿਆਵੀ ਰਸਾਂ ਵਿੱਚ ਆਨੰਦ ਹੁੰਦਾ ਕਿਉਂ ਇਸ ਨੂੰ ਸਮਝ ਨਹੀਂ ਆ। ਵਿਖਿਆ ਰੰਗ ਕੁੜਾਵਿਆ ਦਿਸਣ ਸਭੇ ਛਾਰ ਇਹ ਵਿਖਿਆ ਦੇ ਰੰਗ ਕੁੜੇ ਨੇ ਕੁੜੇ ਦਾ ਮਤਲਬ ਝੂਠੇ ਨੇ। ਇਹ ਕਦੋਂ ਪਤਾ ਲੱਗੇਗਾ ਜਦੋਂ ਮਨੁੱਖ ਦੇ ਅੰਦਰ ਗਿਆਨ ਹੋ ਗਿਆ। ਬਾਣੀ ਦੇ ਵਿੱਚ ਇੱਕ ਹੋਰ ਵੀ ਸ਼ਬਦ ਹੈ। ਜਿਉ ਡਰਤ ਹੈ ਆਪਣਾ ਕੈਸਿਓਂ ਕਰੀ ਪੁਕਾਰ। ਹੁਣ ਪਹਿਲਾਂ ਜੀਵ ਡਰਨ ਲੱਗ ਜਾਏ ਡਰਦਾ ਹੀ ਤੇ ਨਹੀਂ ਹੈ ਹਜੇ ਇਹ ਜੀਵ ਡਰਦਾ ਹੀ ਨਹੀਂ ਜਿੱਦਨ ਡਰੇਗਾ ਪੁਕਾਰ ਉਹਦੇ ਨਿਕਲ ਜਾਣੀ ਹੈ ਹਜੇ ਡਰਦਾ ਹੀ ਨਹੀਂ ਹੈ ਰੱਬ ਤੋਂ ਤੇ ਨਹੀਂ ਡਰਦਾ ਕਟੋ ਗੱਲ ਮੈਂ ਕਈ ਵਾਰੀ ਬੇਨਤੀ ਕੀਤੀ ਸਾਧ ਸੰਗ ਜਿਹੜਾ ਮਨੁੱਖ ਦੁਨੀਆ ਤੋਂ ਡਰਦਾ ਹੈ ਉਹ ਰੱਬ ਤੋਂ ਨਹੀਂ ਡਰਦਾ ਜਿਹੜਾ ਰੱਬ ਤੋਂ ਡਰਦਾ ਹੈ ਉਹਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਹੈ ਹੁਣ ਕੀ ਕਹਿ ਰਿਹਾ ਕੋਈ ਪਰਵਾਹ ਨਹੀਂ ਕੋਈ ਨਿੰਦਾ ਕਰੇ ਚੁਗਲੀ ਕਰੇ ਉਹਨੂੰ ਕੋਈ ਪਰਵਾਹ ਨਹੀਂ ਕਿਸੇ ਦੀ ਇਸ ਕਰਕੇ ਜ਼ਿਆਦਾਤਰ ਦੁਨੀਆ ਨੂੰ ਡਰ ਸਿਰਫ ਤੇ ਸਿਰਫ ਦੁਨੀਆ ਦਾ ਹੈ ਪਰਮਾਤਮਾ ਦਾ ਨਹੀਂ ਹੈ ਜਿਹਨੂੰ ਪਰਮਾਤਮਾ ਦਾ ਡਰ ਹੈ ਉਹਦੇ ਆ ਕਰਮ ਨਿਰਮਲ ਹੋ ਜਾਣਗੇ ਜਿਹਨੂੰ ਪਰਮਾਤਮਾ ਦਾ ਡਰ ਹੋਏਗਾ ਉਹਦੀ ਪਛਾਣ ਕੀ ਹੈ ਉਹ ਝੂਠ ਨਹੀਂ ਬੋਲੇਗਾ ਉਹਦੇ ਕਰਮ ਨੇ ਜਿਹੜੇ ਭਾਵੇਂ ਜਿੱਥੇ ਮਰਜੀ ਖੜਾ ਹੈ ਭਾਵੇਂ ਨੌਕਰੀ ਕਰੇ ਬਿਜ਼ਨਸ ਕਰੇ ਦੁਕਾਨਦਾਰੀ ਕਰੇ ਉਹਦੇ ਆ ਕਰਮਾਂ ਦੇ ਵਿੱਚ ਨਿਰਮਲਤਾ ਹੀ ਆ ਜਾਏਗੀ ਹੱਕ ਨਹੀਂ ਖਾਏਗਾ ਦੂਜੇ ਦਾ ਭਾਵੇਂ ਡਾਕਟਰ ਹੋਏ ਭਾਵੇਂ ਕੁਝ ਵੀ ਹੋਏ ਜਿਹੜੀ ਮਰਜੀ ਪੋਸ਼ਟ ਤੇ ਹੋਏ ਉਸ ਦੇਆ ਕਰਮਾਂ ਦੇ ਵਿੱਚ ਨਿਰਮਲਤਾ ਹੀ ਆ ਜਾਏਗੀ ਇਹ ਪਰਮਾਤਮਾ ਦੇ ਡਰ ਵਾਲੇ ਦੀ ਪਹਿਚਾਨ ਹੈ ਜਿਹਦੇ ਕਰਮ ਹਜੇ ਨਿਰਮਲ ਨਹੀਂ ਜਿਹਦੇ ਬੋਲ ਹਜੇ ਮਿੱਠੇ ਨਹੀਂ ਲੋਕਾਂ ਨੂੰ ਹਜੇ ਝਗੜ ਕੇ ਬੋਲਦਾ ਸਮਝ ਯਾਦ ਰੱਖ ਲੈਣਾ ਹਜੇ ਘਟੋ ਘਟ ਪਰਮਾਤਮਾ ਤੋਂ ਉਹ ਨਹੀਂ ਡਰਦਾ ਦੁਨੀਆ ਤੋਂ ਡਰਦਾ ਹੈ ਹਜੇ ਉਹਨੂੰ ਨਾਮ ਦਾ ਰਸਤੇ ਨਹੀਂ ਆਇਆ ਅੰਤ ਦੇ ਵਿੱਚ ਮਹਾਰਾਜ ਕਹਿੰਦੇ ਉਠ ਤ ਬੈਠ ਸੋਤ ਨਾਮ ਉਹ ਨਾਨਕ ਜਨ ਕੈ ਸਦ ਕਾਮ ਉੱਠਦਿਆਂ ਬੈਹਦਿਆਂ ਉਹ ਪਰਮਾਤਮਾ ਦੀ ਬੰਦਗੀ ਕਰੀਏ ਉਹਦੇ ਹੁਕਮ ਵਿੱਚ ਰਹੀਏ ਉੱਠਦਿਆਂ ਵੀ ਬੈਹਦਿਆਂ ਵੀ ਸਾਰੇ ਕੰਮ ਸੰਪੂਰਨ ਹੋ ਜਾਣਗੇ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ ਜੋ ਅਸੀਂ ਮੈਂ ਇਹ ਨਹੀਂ ਕਵਾਂਗਾ ਇੱਛਾਵਾਂ ਦਾ ਮਤਲਬ ਇਹ ਹੈ ਕਿ ਸਾਰੀਆਂ ਇੱਛਾਵਾਂ ਨਹੀਂ ਇੱਛਾਵਾਂ ਦੇ ਕਦੇ ਰੁਕਣੀਆਂ ਹੀ ਨਹੀਂ ਹਨ ਅੱਜ ਜੋ ਇੱਛਾਵਾਂ ਨੇ ਕੱਲ ਨੂੰ ਹੋਰ ਬਣ ਜਾਣਗੀਆਂ ਇਸ ਕਰਮ ਦੇ ਵਿੱਚ ਤੇ ਕਦੇ ਨਾ ਪੈਣਾ